ਅਸਲਾਮੁਅਲੈਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਹੋ ਗੁਲਾਮ ਐਮ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਬੈਲ ਦਾ ਬਟਨ ਉਹਨੂੰ ਕਰਨਾ ਕਲਿੱਕ, ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਜਨਾਬ ਮੇਰੇ ਦੋਸਤੋ ਸਭ ਤੋਂ ਪਹਿਲੇ ਪਹੁੰਚੇ। ਅਤੇ ਆਪਣਾ ਨੰਬਰ ਹੁੰਦਾ 0348-0768-88। ਅੱਜ ਜਨਾਬ ਦੋਸਤਾਂ ਦੀ ਖਿਦਮਤ ਵਾਸਤੇ ਦੂਜੇ ਨੁਮਾਇ ਦੀ ਵੀਡੀਓ ਲੈ ਕੇ ਆਇਆ। ਵੀਡੀਓ ਇਨਸ਼ਾਅੱਲਾ ਕੈਮਰਾਮੈਨ ਸਾਹਿਬ ਤਸੱਲੀ ਕਰਾਓ, ਚਾਰ ਸਪੇਰੋ ਵਿਖਾਉਣੀ ਹੈ ਤਾਂ ਕਿ ਵਿਖਾਉਣ ਵਿੱਚ ਜਨਾਬ ਕਿਸੇ ਕਿਸਮ ਦਾ ਮਸਲਾ ਮਸਾਇਲ ਨਾ ਪੈਦਾ ਹੋਵੇ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ। ਦੋਸਤੋ, ਸਾਫ ਸੁਥਰਾ ਜਾਨਵਰ ਹਮੇਸ਼ਾ ਕੋਸ਼ਿਸ਼ ਕਰਕੇ ਇਨਸ਼ਾਅੱਲਾ ਅਸਲ ਨੀਲੀ ਦਾ ਜਾਨਵਰ ਜਿਹੜਾ ਜਨਾਬ ਆਪਣੇ ਚੈਨਲ 'ਤੇ ਪਾਇਆ ਜਾਂਦਾ ਤਾਂ ਕਿ ਮੇਰੇ ਵੀਰ ਵੇਖਦੇ ਰਹਿਣ ਅਤੇ ਖਰੀਦਦੇ ਰਹਿਣ। ਆਹ ਮੱਝ ਜਿਹੜੀ ਜਨਾਬ ਵੇਖਦੇ ਪਏ ਜੋ ਦੂਜਾ ਸੁਆ ਸੁਣਦੀ ਹੈ ਅਤੇ ਕਿੰਨੇ ਦਿਨ ਲੈਂਦੀ ਹੈ, ਕੀ ਹਿਸਾਬ ਕਿਤਾਬ ਹੈ, ਸਾਰੀ ਡਿਟੇਲ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਮਾਸ਼ਾਅੱਲਾ, ਕਾਲੀ ਕੱਟ, ਕਾਲੀ ਸਿਆਹ, ਤੁਰਦੀ ਫਿਰਦੀ ਕੈਮਰੇ ਨਜ਼ਰ ਹੈ, ਥੱਬੇ ਦਾ ਵਾਹਨਾ ਹੈ, ਮੁੱਠ ਮੁੱਠ ਦਾ ਥਾਣ ਹੈ, ਪਾਵਰਫੁੱਲ ਥਾਣ, ਡੇਢੀ ਵਾਲਾ ਥਾਣ ਲੱਗਿਆ ਜਨਾਬ, ਦੋਹਰਾ ਥਾਣ ਜਿਹਨੂੰ ਕਹਿੰਦੇ ਨੇ। ਬਾਕੀ ਲੱਤਾਂ ਜਨਾਬ ਹਵਾਨਾ ਜਨਾਬ ਗਿੱਠ ਗਿੱਠ ਬਾਹਰ, ਇਹ ਨੀਲੀ ਦੇ ਬਟਨ ਲੱਗੇ ਨੇ। ਕੈਮਰਾਮੈਨ ਸਾਹਿਬ ਤਸੱਲੀਆਂ ਕਰਵਾ ਦਿਓ। ਸਿਆਹ ਕਾਲੀ ਮੱਝ ਹੈ ਜਨਾਬ, ਕੱਚ ਦੀ ਬਣੀ ਪੂਰੀ ਹੈ, ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਅਖਬਾਰ ਦਾ ਵਰਕਾ ਹੁੰਦਾ ਹੈ। ਲਾਣੇ ਦੇਣੇ ਮੁਕੱਦਰ ਹੁੰਦੇ ਨੇ ਦੋਸਤੋ, ਹਮੇਸ਼ਾ ਕੋਸ਼ਿਸ਼ ਕਰਕੇ ਆਪਣੇ ਸੱਜਣਾਂ ਦੇ ਵੀਰਾਂ ਦੇ ਸਬਸਕ੍ਰਾਈਬਰਾਂ ਵਾਸਤੇ ਜਨਾਬ ਅਸਲ ਨੀਲੀ ਦਾ ਜਾਨਵਰ, ਅਸਲ ਨੀਲੀ ਦੀ ਮੱਝ ਇਨਸ਼ਾਅੱਲਾ ਆਪਣੇ ਚੈਨਲ 'ਤੇ ਪਾਈ ਜਾਂਦੀ ਹੈ ਤਾਂ ਕਿ ਮੇਰੇ ਵੀਰ ਜਨਾਬ ਵੇਖਣ ਅਤੇ ਖਰੀਦਣ। ਬਾਕੀ ਕੋਈ ਸਾਡਾ ਨਵਾਂ ਵੀਰ ਸਾਡਾ ਜਨਾਬ ਵੀਡੀਓ ਦੇਖਦਾ ਪਿਆ ਅਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਕੇ ਜਾਣਾ ਅਤੇ ਬੈਲ ਦੇ ਬਟਨ ਨੂੰ ਜਨਾਬ ਕਲਿੱਕ ਕਰਨਾ ਤਾਂ ਕਿ ਹਰ ਰੋਜ਼ ਜਨਾਬ ਸਾਡੀ ਵੀਡੀਓ ਜਿਹੜੀ ਵੇਖੋ। ਕੈਮਰਾਮੈਨ ਸਾਹਿਬ ਤਸੱਲੀ ਕਰਾਓ, ਮਾਸ਼ਾਅੱਲਾ ਬਿਲਕੁਲ ਜਨਾਬ ਕਾਲੀ ਸਿਆਹ, ਕਾਲੀਆਂ ਅੱਖਾਂ, ਥੋੜ੍ਹੀ ਜਿਹੀ ਜਨਾਬ ਸਫੈਦ ਫੁੱਲੀ ਹੈ ਮੱਥੇ 'ਤੇ, ਸੋਹਣਾ ਮਾਸ਼ਾਅੱਲਾ ਸਿੰਘ ਲਾਈ ਖੜੀ ਹੈ, ਕਾਠਾਂ 'ਚ ਮੋੜੀ ਖੜੀ ਹੈ। ਬਾਕੀ ਬਰੀਕ ਹੈ ਜਨਾਬ, ਜਿਵੇਂ ਅਖਬਾਰ ਹੁੰਦੀ ਹੈ, ਚੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ। ਬਾਕੀ ਜਨਾਬ ਤੁਰਦੀ ਫਿਰਦੀ ਕੈਮਰੇ ਨਜ਼ਰ ਹੁੰਦੀ ਹੈ ਤਾਂ ਕਿ ਪੈਰ ਵਿੱਚ ਕੋਈ ਖੱਡਾ ਛੰਡਾ ਹੋਵੇ ਅਤੇ ਸਾਨੂੰ ਵੀ ਨਜ਼ਰ ਆਵੇ ਅਤੇ ਸਾਡੇ ਸੱਜਣ ਦੇ ਵੀਰ ਜਨਾਬ ਥੱਬੇ ਦੇ ਹਵਾਨੇ ਹੈ। ਮਾਸ਼ਾਅੱਲਾ ਦੋਸਤੋ, ਥੱਬੇ ਦਾ ਹਵਾਨਾ, ਲੱਤਾਂ 'ਤੇ ਜਨਾਬ ਫੁੱਟ ਫੁੱਟ ਬਾਹਰ ਲਾਈ ਖੜੀ, ਡੇਢੀ ਵਾਲਾ ਥਾਣ ਹੈ ਜਨਾਬ, ਦੋਹਰਾ ਥਾਣ ਹੈ, ਬਿਰਲਾ ਦੇ ਥਾਣ ਨੇ, ਮਾਸ਼ਾਅੱਲਾ ਥੱਬੇ ਦਾ ਹਵਾਨਾ। ਬਾਕੀ ਜਨਾਬ ਇਹ ਕਿੰਨੇ ਦਿਨ ਲੈਂਦੀ ਹੈ, ਸਾਰੀ ਡਿਟੇਲ ਜਨਾਬ ਮਾਲਕ ਲੈ ਕੇ ਦੇਵਾਂਗੇ। ਬਿਲਕੁਲ ਜਨਾਬ ਤੁੰਨੀ ਤੋਂ ਲੈ ਕੇ ਅਤੇ ਸਾਰ ਦੀ ਕਰਵਾਉਣਾ। ਬਾਕੀ ਇਨਸ਼ਾਅੱਲਾ ਮਜ਼ੀਦ ਮੇਲਾ ਲਾਵੇਗੀ, ਮੇਲਾ ਲਾਈ ਖੜੀ ਇਨਸ਼ਾਅੱਲਾ। ਕੈਮਰੇ ਨਜ਼ਰ ਹੈ, ਸਿਆਹ ਕਾਲੀ ਹੈ ਜਨਾਬ, ਕੱਟ ਕਾਲੀ ਹੈ, ਛੋਟੀ ਜਿਹੀ ਵੱਕੀ ਹੈ, ਪੁੱਠੇ ਚੰਗੇ ਨੇ। ਕੈਮਰਾਮੈਨ ਸਾਹਿਬ ਪੁੱਠੇ ਵਿਖਾਇਆ ਜੀ ਜਨਾਬ, ਪੁੱਠੇ ਚੰਗੇ ਨੇ, ਤਾਂ ਛੋਟੀ ਜਿਹੀ ਵੱਕੀ ਹੈ ਜਨਾਬ, ਅੱਗੋਂ ਮੱਝ ਨੀਵੀਂ ਅਤੇ ਪਿੱਛੋਂ ਉੱਚੀ ਸਮਾਨ ਸੱਲੀ ਕਰਾਓ ਇਨਸ਼ਾਅੱਲਾ। ਬਾਕੀ ਸਾਰੀ ਗੱਲਾਂ ਜਨਾਬ ਮਾਲਕ ਤੋਂ ਲੈਣਾ। ਇੱਧਰ ਆਓ ਭਾਅ ਜੀ, ਇੱਧਰ ਆਓ, ਤੰਬ ਜਿਹਾ ਰੱਖ ਦਿਓ। ਤੁੰਨੀ ਕੋਈ ਨਹੀਂ, ਕੌੜੀ ਕੋਈ ਨਹੀਂ, ਬਿਲਕੁਲ ਸਾਫ ਸੁਥਰੀ ਬਿਰਲਾ ਦੇ ਥਾਣ ਨੇ, ਮਾਸ਼ਾਅੱਲਾ ਬਹੁਤ ਹੀ ਪਿਆਰਾ ਥਾਣ ਹੈ, ਪਾਵਰਫੁੱਲ ਥਾਣ ਹੈ। ਇੱਧਰ ਆਓ ਫੁੱਲਾਂ ਲਾ ਜੀ। ਅਸਲਾਮ ਅਲੈਕਮ। ਵਾਲੇਕੁਮ ਸਲਾਮ ਭਾਅ ਜੀ। ਗੱਲ ਇਹ ਕਿ ਜਿਹੜੀ ਆਪਣੀਆਂ ਮੱਝ ਵਿਖਾਈ ਜਾਂਦੇ ਆ ਜੀ ਜੀ, ਇਹ ਕਿੰਨਵਾਂ ਵਾਰਾ ਸੁਣਦੀ ਹੈ? ਇਹ ਦੂਜਾ ਨੇ ਜੀ, ਦੂਜਾ ਸੁਆ ਹੁਣ ਸੁਣਿਆ। ਦੂਜਾ ਸੁਆ ਹੁਣ ਸੁਣਿਆ ਤੇ ਕਿੰਨੇ ਕੁ ਦਿਨ ਲੈਂਦੀ ਹੈ ਇਹ? ਇਨਸ਼ਾਅੱਲਾ 4-5 ਦਿਨਾਂ ਦੇ ਵਿੱਚ ਨਾ, 6 ਦਿਨ ਲੈ ਜਾਵੇ ਵਿੱਚ। ਥੋੜਾ ਉੱਚੀ ਬੋਲ ਤਾਂ ਕਿ ਮੇਰੇ ਸਰਵਰ ਤੇ ਆਵਾਜ਼ ਸੁਣ ਲੈ। ਅਜੇ ਯਾਨੀ ਕਿ 4-5 ਦਿਨ ਲੈਂਦੀ ਹੈ? ਹਾਂ, 6-7 ਦਿਨਾਂ ਦੇ ਵਿੱਚ, 5-6 ਦਿਨਾਂ ਦੇ ਵਿੱਚ ਇਨਸ਼ਾਅੱਲਾ ਸੂ ਪੈਗੀ। ਕਵਾਨਾ ਮਜ਼ੀਦ ਬਣਾਵੇਗੀ ਇਨਸ਼ਾਅੱਲਾ ਤਾਲਾ, ਸੂ ਨੂੰ ਐਨ ਚੱਕ ਲੈਗੀ। ਅੱਛਾ ਭਾਅ ਜੀ, ਗੱਲਾਂ ਮੁਕਤਸਰ, ਗੱਲਾਂ ਜ਼ਿਆਦਾ ਕਰਨ ਦਾ ਫਾਇਦਾ ਨਹੀਂ ਹੁੰਦਾ। ਇਹ ਜੇ ਆਪਣੀ ਥਾਂ ਛੱਡੇ ਦੀ ਗਰੰਟੀ ਹੁੰਦੀ ਹੈ ਜੀ? ਇਨਸ਼ਾਅੱਲਾ ਗਰੰਟੀ। ਕਿਸੇ ਥਾਂ ਵਿੱਚ ਕੋਈ ਘਾਟਾ ਵਾਧਾ ਜਾਂ ਗਿਲਤੀ ਬਰੋੜੀ, ਛੱਟਾ ਫੁਹਾਰਾ? ਹਾਂ ਬਿਲਕੁਲ, ਹਰ ਸ਼ੈ ਸਾਫ ਸੁਥਰੀ, ਸਾਫ ਸੁਥਰੀ, ਥੋੜ੍ਹੀ ਛੱਡਾ ਹੈ ਬਿੱਲਾ, ਕੰਮੇ ਗਰੰਟੀ? ਹਾਂ ਜੀ ਬਿਲਕੁਲ, ਹਲੇ ਪੱਠੇ ਪਾ। ਦੂਜਾ ਸਵਾਦ ਸੁਣਦੀ ਹੈ ਤੇ ਜਨਾਬ 4-5 ਦਿਨ ਲੈਂਦੀ ਹੈ, ਗਰੰਟੀ ਇਨਸ਼ਾਅੱਲਾ ਮੁਕੰਮਲ ਹੈ। ਅੱਛਾ ਵੀਰ ਮੇਰੇ, ਹੁਣ ਤੂੰ ਇਹ ਗੱਲ ਦੱਸਣੀ ਹੈ ਕਿ ਆਪਾਂ ਨੂੰ ਇਹਦੇ ਪੱਕੇ ਜਿਹੇ ਪੈਸੇ ਦੱਸਣੇ ਜਿਹੜੇ ਜਾਣਦੇ, ਸਰ ਜਾਣਦੇ, ਇਹਦੇ ਪੱਕੇ ਜਿਹੇ ਪੈਸੇ ਦੱਸਣੇ ਜਿਹੜੇ ਆਪਾਂ ਲੈ ਲੈਣੇ।
ਕੈਮਰਾਮੈਨ ਸਾਹਿਬ ਵਿਖਾਓ ਮੱਝ 370,000 ਰੁਪਇਆ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਤੁਹਾਡਾ ਵੀਰ ਪਵਾਵੇਗਾ ਇਨਸ਼ਾਅੱਲਾ ਆਪਣੇ ਸਬਸਕ੍ਰਾਈਬਰਾਂ ਵਾਸਤੇ। ਬਾਕੀ ਜਨਾਬ ਇਹ ਮੱਝ ਅਜੇ ਤੱਕ 4-5 ਦਿਨ ਲੈਂਦੀ ਹੈ ਇਨਸ਼ਾਅੱਲਾ, ਮੇਲਾ ਲਾਈ ਖੜੀ ਹੈ ਹੋਰ ਮਜ਼ੀਦ ਇਨਸ਼ਾਅੱਲਾ ਮੇਲਾ ਲਾਵੇਗੀ। ਕੈਮਰੇ ਨਜ਼ਰ ਇਨਸ਼ਾਅੱਲਾ ਸਿਆਹ ਕਾਲੀ ਹੈ ਜਨਾਬ, ਕੱਦ ਬੜਾ ਮਾਸ਼ਾਅੱਲਾ, ਲਾਮ ਚੰਗੀ ਕੌੜੀ ਜਨਾਬ, ਬਿਲਕੁਲ ਕੋਈ ਨਹੀਂ, ਦੁਨੀ ਤੋਂ ਬਿਲਕੁਲ ਸਾਫ ਹੈ ਸਿਆਹ ਕਾਲੀ ਮਾਸ਼ਾਅੱਲਾ, ਥੱਬਿਆਂ ਦੇ ਹਵਾਨੇ ਨੇ ਮਾਸ਼ਾਅੱਲਾ। ਅਤੇ ਬਾਕੀ ਉਮੀਦ ਕਰਾਂਗਾ ਅੱਜ ਵਾਲੀ ਵੀਡੀਓ ਮੇਰੇ ਵੀਰਾਂ ਨੂੰ ਪਸੰਦ ਆਵੇਗੀ, ਪਸੰਦ ਆਵੇ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਆਪਣਾ ਨੰਬਰ ਹੁੰਦਾ 0300-84-88-88। ਮਿਲਾਂਗੇ ਜਨਾਬ ਅਗਲੀ ਵੀਡੀਓ ਦੇ ਨਾਲ, ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।